ਕਿਸਾਨਾਂ ਦੇ ਪੰਜਾਬ ਭਰ ਚ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਤੋਂ ਬਾਅਦ ਉਹਨਾਂ ਉਦੇਸ਼ਾਂ ਨੂੰ ਲਾਗੂ ਕਰਾਉਣ ਲਈ ਬਟਾਲਾ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਤੈਨਾਤ ਕਰਕੇ ਦੇਰ ਸ਼ਾਮ ਤੋਂ ਪੂਰੇ ਸ਼ਹਿਰ 'ਚ ਸਖਤੀ ਵਧਾ ਦਿੱਤੀ ਹੈ ਤੇ ਰਾਤ ਦੇ ਕਰਫਿਊ ਨੂੰ ਸਖਤੀ ਨਾਲ ਲਾਗੂ ਕਰਵਾਉਣ ਤੇ ਹੋਰਨਾਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਦੁਕਾਨਦਾਰਾਂ ਤੇ ਸ਼ਰਾਬ ਦੇ ਠੇਕਿਆਂ ਦੇ ਚਲਾਨ ਕੱਟੇ ਗਏ ਨੇ ਉੱਥੇ ਹੀ ਜੋ ਲੋਕ ਦਿੱਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਤੇ ਬਿਨਾਂ ਮਾਸਕ ਘੁੰਮ ਰਹੇ ਨੇ ਉਹਨਾਂ ਦੇ ਵੀ ਚਲਾਨ ਕੱਟੇ ਗਏ ਨੇ ਇਸ ਮੌਕੇ ਐਸਪੀ ਬਟਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਨੂੰ ਸਰਕਾਰ ਦੇ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਕੋਰੋਨਾ ਵਰਗੀ ਮਹਾਮਾਰੀ ਤੇ ਕਾਬੂ ਪਾਇਆ ਜਾ ਸਕੇ ਪੰਜਾਬ ਸਰਕਾਰ ਦੇ ਵੱਲੋਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜੋ ਕੋਵਿਡ-19 ਦੀ ਮੌਜੂਦਾ ਗੰਭੀਰ ਜਿਹੜੀ ਸਥਿਤੀ ਹੋਈ ਹੈ ਉਸ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਨਾਈਟ ਕਰਫਿਊ ਦੇ ਹੁਕਮ ਹੋਏ ਨੇ ਅਤੇ ਜੋ ਪੰਜਾਬ ਪੁਲਿਸ ਬਟਾਲਾ ਦੇ ਵੱਲੋਂ ਅਸੀਂ ਇਹ ਨਾਈਟ ਕਰਫਿਊ ਨੂੰ ਇੰਪਲੀਮੈਂਟ ਕਰਨ ਦੇ ਵਾਸਤੇ ਇਨਫੋਰਸ ਕਰਨ ਵਾਸਤੇ ਅੱਜ ਅਸੀਂ ਜਿੱਦਾਂ ਡੇਲੀ ਅੱਗੇ ਵੀ ਰੋਜ਼ ਅਸੀਂ ਪਲਾਨ ਕਰਦੇ ਹਾਂ ਅਤੇ ਅੱਜ ਅਸੀਂ ਭਾਰੀ ਬਲ ਦੇ ਨਾਲ ਕਮਿਸ਼ਨਰ ਸਾਹਿਬ ਨੇ ਬਟਾਲਾ ਦੇ ਅਤੇ ਸਿਵਲ ਦੀਆਂ ਟੀਮਾਂ ਨੇ ਸਾਡੇ ਸਿਟੀ ਦੇ SHO ਸਿਵਲ ਲਾਈਨ ਦੇ SHO DSP ਗੁਰਦੀਪ ਜੀ ਅਤੇ ਭਾਰੀ ਬਲ ਦੇ ਨਾਲ ਅਸੀਂ ਨਿਕਲੇ ਅਤੇ ਅਸੀਂ ਜਿੰਨੇ ਵੀ ਵਾਇਲੇਟਰ ਨੇ ਜਿਨ੍ਹਾਂ ਨੇ ਮਾਸਕ ਨਹੀਂ ਪਹਿਨਿਆ ਉਹਨਾਂ ਦਾ ਤੁਸੀਂ ਦੇਖਿਆ ਕਿ ਮੈਂ ਆਪ ਵੀ ਚਲਾਨ ਕਰ ਰਿਹਾ ਸਾਡੀਆਂ ਕਾਫੀ 10-15 ਟੀਮਾਂ ਨੇ ਉਹ ਸਾਰੇ ਚਲਾਨ ਕਰ ਰਹੇ ਨੇ ਆ ਹੁਣ ਵੀ ਆ 9:30 ਹੋਏ ਅਤੇ ਬਰਗਰ ਹੱਟ ਜਿਹੜਾ ਖੁੱਲ੍ਹਾ ਸੀ ਇਸ ਦਾ ਅਸੀਂ ਹੁਣੇ ਚਲਾਨ ਕੀਤਾ ਅਤੇ ਜਿਹੜੇ ਸਾਨੂੰ ਕੋਈ ਇਸ ਤੋਂ ਪਹਿਲਾਂ ਕੁਝ ਬੇਕਰੀ ਸੀ ਕੁਝ ਹੋਰ ਦੁਕਾਨਾਂ ਸੀ ਉਹਨਾਂ ਸਾਰਿਆਂ ਦੇ ਅਸੀਂ ਜਿੰਨੇ ਵੀ ਉੱਥੇ ਜਿਹੜੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਕਰ ਰਹੇ ਮਾਸਕ ਨਹੀਂ ਪਹਿਨ ਰਹੇ ਇੱਕ ਅਸੀਂ ਇਹ ਵੀ ਦੇਖਿਆ ਇੱਕ ਵੇਰਕਾ ਦੀ ਡੇਅਰੀ ਸੀ ਉੱਥੇ ਜਿਹੜੇ ਵਰਕਰ ਕੰਮ ਕਰ ਰਹੇ ਸੀ ਉਹਨਾਂ ਦੇ ਵੱਲੋਂ ਵੀ ਕਿਨਾਂ ਦਾ ਮਾਸਕ ਨਹੀਂ ਪਹਿਨਿਆ ਦੇਖੋ ਇਹ ਇੱਕ ਮੈਸੇਜ ਹੈ ਸਾਰਿਆਂ ਵਾਸਤੇ ਕਿ ਜਿਹੜੀ ਕੋਵਿਡ ਦੀ ਗੰਭੀਰ ਜੋ ਇਸ ਟਾਈਮ 'ਤੇ ਸਥਿਤੀ ਬਣੀ ਪਈ ਹੈ ਉਹਨੂੰ ਜਿਹੜਾ ਸੰਜੀਦਗੀ ਦੇ ਨਾਲ ਸਮਝਣ ਸਾਡਾ ਚਲਾਨ ਕਰਨਾ ਕੋਈ ਮਕਸਦ ਨਹੀਂ ਸਾਡਾ ਮਕਸਦ ਹੈ ਕਿ ਇਹ ਲੋਕਾਂ ਤੱਕ ਇਹ ਜਿਹੜਾ ਵਾ ਜੋ ਸਰਕਾਰ ਨੇ ਜੋ ਜ਼ਿਲ੍ਹਾ ਪ੍ਰਸ਼ਾਸਨ ਨੇ ਸੋਚ ਸਮਝ ਕੇ ਸਥਿਤੀ ਨੂੰ ਗੰਭੀਰਤਾ ਨੂੰ ਧਿਆਨ 'ਚ ਰੱਖਦੇ ਹੋਏ ਜੋ ਵੀ ਗਾਈਡਲਾਈਨਸ ਉਹਨਾਂ ਨੇ ਇਸ਼ੂ ਕੀਤੀਆਂ ਨੇ ਸਾਰੇ ਬਟਾਲਾ ਵਾਸੀਆਂ ਨੂੰ ਅਤੇ ਪੁਲਿਸ ਜ਼ਿਲ੍ਹਾ ਬਟਾਲਾ ਨੂੰ ਅਪੀਲ ਹੈ ਕਿ ਉਹ ਇਹਦੀਆਂ ਜਿਹੜੀ ਇੰਨ ਬਿੰਨ ਪਾਲਣਾ ਕਰਨ ਤਾਂ ਜੋ ਅਸੀਂ ਜਿਹੜਾ ਇਹ ਕੋਵਿਡ ਦੀ ਜਿਹੜੀ ਨਾਮੁਰਾਦ ਬਿਮਾਰੀ ਹੈ ਉਸ ਤੋਂ ਜਿਹੜਾ ਮਹਾਂਮਾਰੀ ਤੋਂ ਬਚ ਸਕੀਏ ਬਟਾਲਾ ਤੋਂ ਵਿਕਰਮ ਚੀਮਾ ਦੀ ਰਿਪੋਰਟ ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚ ਅਨਬਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਵਿੱਚ ਸਮਾਧਾਨ ਫ੍ਰੀ 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 ਮੀਆਂ ਰਫੀਕ ਮੁਹੰਮਦ ਮੋਬਾਈਲ 84374-94647 84374-94648 ਪੰਡਿਤ ਰਾਧੇ ਸ਼ਰਮਾ ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ ਮੋੜੀ ਵਸ਼ੀਕਰਨ ਕਰਵਾਓ ਮਨਚਾਹ ਪਿਆਰ ਪਾਓ ਲਵ ਮੈਰਿਜ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਨੌਕਰੀ ਕਾਰੋਬਾਰ ਚ ਰੁਕਾਵਟ ਵਿਦੇਸ਼ ਯਾਤਰਾ ਲਾਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ ਸੱਚਾਈ ਜਾਣੋ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋਮੈਕਸ ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਮੋਬਾਈਲ 98 788 0 88 88 617 ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸੂਰਿਆ ਟਾਈਮਜ਼।